ਬੜਾ ਵੱਡਾ ਮੈਚ ਹਿਆਲਪੁਰੇ ਦੇ ਕਬੱਡੀ ਕੱਪ ਦਾ ਫਾਈਨਲ ਮੈਚ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਖੇਡ ਮੈਦਾਨ ਦੇ ਵਿੱਚ। ਵੱਡੇ ਮੱਲ ਨੇ ਦੋਨੋਂ ਟੀਮਾਂ ਦੇ ਵਿੱਚ ਲੋ ਸਾਹਮਣੇ ਕੌਣ ਪਹਿਲੀ ਰੇਡ ਵੱਧ ਕੇ ਪਾਵੇਗਾ ਇਹ ਬਾਤਾਂ ਸਮੇਂ ਦੀਆਂ ਹੋਣਗੀਆਂ। ਲਓ ਮੈਚ ਦੀ ਸ਼ੁਰੂਆਤ ਜਿਹੜੀ ਹੁਣ ਜਾ ਰਹੀ ਹੈ ਪੰਮਾ ਬਲਛੇੜੀ ਵਾਲਾ ਇੱਧਰ ਵੇਖਦਾ ਮੈਂ ਵੀ ਪੰਮਿਆਂ ਸ਼ੁਰੂ ਕਰ ਦਈਏ ਵੱਡੇ ਬਾਈ ਮੈਚ ਆਪਾਂ ਮੈਚ ਜਿਹੜਾ ਸ਼ੁਰੂ ਕਰ ਦਈਏ ਜਲਦੀ ਨਾਲ। ਪਹਿਲੀ ਕਬੱਡੀ ਕੌਣ ਪਾਵੇਗਾ? ਇੱਕ ਪਾਸੇ ਕਹਿੰਦੇ ਗਿੱਲਾ ਬਰਨਾਲੇ ਦੀ ਧਰਤੀ ਦੇ ਨੌਜਵਾਨ ਹੈ, ਦੂਜੇ ਪਾਸੇ ਦੇਖਾਂ ਵੀ ਖੱਬੇ ਹੱਥ ਮਨਾਰੇ ਪਿੰਡ ਦੇ ਨੌਜਵਾਨ ਹੈ। ਮੈਂ ਵੀ ਨੌਜਵਾਨਾਂ ਕਰ ਚਰਚਾ ਫਿਰ ਪਹਿਲੀ ਰੇਡ ਦੇ ਉੱਤੇ। ਪਹਿਲੀ ਰੇਡ ਇਹ ਆ ਨੌਜਵਾਨ ਕੁਲਵੰਤ ਸਿੰਘ ਕੁਕਰਾ ਤੇ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਕੁਕਰਾਲੀ ਉੱਥੋਂ ਦਾ ਕੁਲਵੰਤ ਸੁਣੀਦਾ ਜਿਹਦੇ ਵਿੱਚ ਹੈ ਫੁਰਤੀ ਵਾਲੀ ਪੈਂਦੀ ਹੀ ਰੇਡ ਲਈ ਅਸੀਂ ਚਾਰ ਨੇ ਚਾਰੇ ਦੇ ਚਾਰੇ ਤਿਆਰ ਨੇ। ਆਓ ਪੈਂਦੀ ਰੇਡ ਕੀਤੀ ਹੀ ਟਰਾਈ ਫੜਿਆ ਗੁੱਟ ਉਰਦੀ ਧੂੜ ਬੱਲੇ। ਲਓ ਕਿਕਰਾਲੀ ਵਾਲਾ ਕੁਲਵੰਤ ਪਹਿਲੀ ਰੇਡ ਪਾ ਕੇ ਪਹਿਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਵਿੱਚ ਜੋੜਦਾ ਆਇਆ। ਲਓ ਦੂਜੀ ਰੇਡ ਪਾਉਣ ਲਈ ਆ ਗਿਆ ਕਹਿੰਦੇ ਮੁੰਡਾ ਬਰਨਾਲੇ ਵਾਲਾ ਕਿ ਚੱਲ ਬਰਨਾਲੇ ਚੱਲੀਏ ਨੀ ਮੋਟਰ ਮਿੱਤਰਾਂ ਦੀ ਮੁੰਡੇ ਕਹਿੰਦੇ ਵੀ ਬਠਿੰਡੇ ਏਰੀਏ ਦੀ ਗੱਲ ਹੋਵੇ ਭਾਵੇਂ ਕਹਿੰਦੇ ਵੀ ਰਫਲਾ ਰੱਖਣ ਦੇ ਸ਼ੌਂਕੀ ਆ ਆ ਕਹਿੰਦੇ ਵੀ ਸਹਿਣੇ ਲਾ ਕੇ ਆਇਆ ਵੀ ਜਿੱਥੋਂ ਪਿੰਡ ਦੇ ਕੀਪ ਦੀ ਚਰਚਾ ਲੈ ਵੀ ਕਰਗਲ ਗੁਰਮਖਾ ਰੇਡ ਪਾ ਰਹੀ ਹੈ ਰੇਡ ਤੂੰ ਸ਼ਾਨਦਾਰ ਮੈਚ ਲੈ ਵੀ ਘਨੌਰ ਵਾਲਿਆ ਇਕਬਾਲ ਦੀ ਰੇਡ ਪੈ ਰਹੀ ਹੈ। ਆਓ ਮਨਾਣੇ ਦਾ ਸੁਪਿੰਦਰ ਕੀਤੀ ਹੀ ਟਰਾਈ ਦੇ ਵਿੱਚ ਵੇਖੋ ਅੱਜ ਦੇ ਸਮੇਂ ਦਾ ਵੱਡੇ ਵੱਡੇ ਧਾਵੀਆਂ ਦੀ ਡਾਊਨ ਕਸਣ ਵਾਲਾ 1000 ਦਾ ਜੱਫਾ ਦੀਪ ਦਿਆਲਪੁਰਾ ਬਿੱਲਾ ਦਿਆਲਪੁਰਾ ਮਨਜੀਤ ਨੱਬ 1000 ਦਾ ਸੁਪਿੰਦਰ ਮਦਾਣੇ ਵਾਲੇ ਦਾ ਜੱਫਾ ਮੇਰੇ ਵੀਰੋ। ਲੋ ਸ਼ਾਨਦਾਰ ਮੈਚ ਇਸ ਵੇਲੇ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ। ਦਲਵੀਰ ਦੀ ਰੇਡ ਦਲਵੀਰ ਦੀ ਪਹੀ ਰੇਡ ਹੁਣ ਕੌਣ ਵੱਧ ਕੇ ਡੱਕੇਗਾ? ਆਹ ਬਾਤਾਂ ਸਮੇਂ ਦੀਆਂ ਹੋਣਗੀਆਂ। 1000 ਸਿਮਰਨ ਜੌਲੀ ਸਾਡਾ ਵੀਰ 1000 ਦਲਵੀਰ ਦੀਆਂ ਤਿੰਨ ਕਬੱਡੀਆਂ ਤੇ। ਉਧਰ ਕਹਿੰਦੇ ਰਣਜੀਤ ਸਿੰਘ ਜੀ ਢੰਡਾ ਸਾਹਿਬ ਨੇ ਐਲਾਨ ਕਰ ਦਿੱਤਾ ਵੀ ਜੋ ਪ੍ਰਧਾਨ ਹੈ ਯੂਕੇ ਕਬੱਡੀ ਫੈਡਰੇਸ਼ਨ ਦੇ ਕੁਲਵੰਤ ਸੰਘਾ ਜੀ ਨੇ ਐਲਾਨ ਕਰ ਦਿੱਤਾ ਵੀ ਬਰਨਾਲੇ ਵਾਲੇ ਜਿੰਨੇ ਜੱਫੇ ਲਾਉਣਗੇ ਨਾ ਹਰਜਿੰਦਰ ਪੁੱਡਾ ਬਾਈ ਕਹਿੰਦਾ ਵੀ 500 ਦਿੱਤਾ ਜਾਵੇਗਾ ਲਓ ਕਹਿੰਦੇ ਕਾਲੇ ਦੀ ਕਬੱਡੀ ਪੈ ਰਹੀ ਹੈ ਚਾਰ ਜੱਫਿਆਂ ਵਿੱਚੋਂ ਵੇਖਾਂ ਵੀ ਕੰਨੀ ਵਾਲਾ ਵੱਧ ਕੇ ਟਰਾਈ ਢੇਲੂ ਕਰਦਾ ਤੇ ਪੁਆਇੰਟ ਕਾਲੇ ਦੇ ਉੱਤੇ ਹੈ। ਉਧਰ ਸਾਡੇ ਅਵਤਾਰ ਸਰਪੰਚ ਜੀ ਮਨਾਣੇ ਵਾਲੇ ਸਾਸਾ ਸਰਪੰਚ ਅਵਤਾਰ ਸਿੰਘ ਜੀ ਮਨਾਣੇ ਵਾਲੇ ਹਰ ਇੱਕ ਜੱਫੇ ਦੇ ਲਈ ਸਾਸਾ ਦੇ ਵੱਡੇ ਮਾਣ ਹੋਣਗੇ ਜੱਗੀ ਦੇ ਵੀਰ ਵੱਲੋਂ। ਆਓ ਸਾਹਮਣੇ ਇਹ ਆ ਕੁਲਵੰਤ ਸਿੰਘ ਮੇਰੇ ਵੀਰੇ ਕੁਕਰਾਲੀ ਦੀ ਧਰਤੀ ਦਾ ਭਈ ਰੇਡ ਮੁੰਡੇ ਦੀ ਉਧਰ ਚਾਰ ਜਾਫੀ ਹਲਕਾ ਹਲਕਾ ਪਿਛਾਵਾਂ ਨੂੰ ਫੜਦੇ ਜਾ ਰਹੇ ਹੈ ਉਰਦੀ ਧੂੜ ਕੀਤੀ ਹੀ ਟਰਾਈ ਦੇ ਵਿੱਚ ਵੇਖੋ ਪਾਰ ਦਾ ਵਾਧਾ ਕੁਲਵੰਤ ਸਿੰਘ ਕੁਕਰਾਲੀ ਵਾਲਾ ਆਪਣੀ ਟੀਮ ਦੇ ਉੱਤੇ ਜੋੜ ਚੁੱਕਾ ਹੈ। ਇਕਬਾਲ ਦੀ ਰੇਡ ਗੁਰਵਿੰਦਰ ਚੱਕ ਮੈਕ ਲਓ ਨੌਜਵਾਨ ਕਹਿੰਦੇ ਬਰਨਾਲੇ ਵਾਲਾ ਫਿਰ ਕਬੱਡੀ ਪਾ ਲਈ ਇਸ ਸਮੇਂ ਗਰਾਊਂਡ ਦੇ ਵਿੱਚ ਵੱਧ ਚੁੱਕਿਆ ਹੈ ਕਹਿੰਦਾ ਢੋਡੇ ਮਾਜਰੇ ਵਾਲਾ ਇੱਕ ਪਾਸੇ ਖੜਾ ਭੇਲੂ ਵੀ ਨਾਲ ਤਿਆਰ ਹੈ ਢੋਡਾ ਵੀ ਤਿਆਰ ਹੈ ਪਰਾ ਮੁੰਡਾ ਕਹਿੰਦੇ ਜਿਹਦੀ ਚਰਚਾ ਅੱਜ ਕੱਲ੍ਹ ਬੜੀ ਹੈ ਪੈਂਟ ਰੇਡਰ ਦੇ ਹਿੱਸੇ ਵੀ ਜੁੜਦਾ ਆਇਆ ਕਿ ਜੇ ਮਿਲ ਜੇ ਤਰੱਕੀ ਤੇ ਕਦੇ ਧੱਕਾ ਮਾਰ ਕੇ ਨਹੀਂ ਲੰਘੀਦਾ ਜੇ ਕੋਈ ਕਰੇ ਸਤਿਕਾਰ ਬਿਨਾਂ ਗੱਲ ਤੋਂ ਨਹੀਂ ਖੰਗੀਦਾ ਕਿਹਦਾ ਇੱਥੇ ਬਣੂ ਕੌਣ ਕੋਈ ਲੱਗਦਾ ਨਹੀਂ ਪਤਾ ਉਹ ਇੱਥੇ ਆਪਣਾ ਬਣਾ ਕੇ ਲੋਕੀ ਕੱਢ ਜਾਂਦੇ ਪੈਰ ਕਿ ਛੱਡੀਏ ਨਾ ਦਿਲ ਕਦੇ ਮਿਲ ਜਾਂਦੀ ਹੈ ਤਰੱਕੀ ਜੇ ਮਿਲ ਜੇ ਤਰੱਕੀ ਕਦੀ ਛੱਡੀ ਦੇ ਨਹੀਂ ਪੈਰ ਜੇ ਮਿਲ ਜੇ ਤਰੱਕੀ ਤੇ ਕਦੇ ਛੱਡੀ ਦੇ ਨਹੀਂ ਪੈਰ ਆਹ ਮਨਾਣੇ ਦਾ ਦਲਵੀਰ ਹੈ ਜਿਹਦੀ ਚਰਚਾ ਦੁਨੀਆ ਭਰ ਦੇ ਵਿੱਚ ਹੈ ਆਹ ਵੇਖੋ ਜਦੋਂ ਭੱਜਦਾ ਨਾ ਦੂਜੀ ਕਬੱਡੀ ਹੈ ਗੁਰਵਿੰਦਰ 500 ਦੀ ਨਾ 500 ਦੀ ਦੂਜੀ ਰੇਡ ਪਾ ਕੇ ਮੁੰਡਾ ਵਾਪਸ ਆਇਆ ਮਾਣ ਹੈ ਬਾਪੂ ਕੇਸਰ ਸਿੰਘ ਥਿੰਦ ਨੂੰ ਆਪਣੇ ਪੁੱਤ ਦੇ ਉੱਤੇ ਮਾਣ ਹੈ ਪੁੱਤ ਦੇ ਉੱਤੇ ਬਾਕੀ ਕਹਿੰਦੇ ਦੁਨੀਆ ਵਿੱਚ ਚਰਚੇ ਹੈ ਚਰਚੇ ਹੁੰਦੇ ਨਹੀਂ ਚਰਚੇ ਕਰਾਉਣੇ ਪੈਂਦੇ ਆ ਗੁੱਡੀ ਚੜ੍ਹਦੀ ਨੀ ਗੁੱਡੀ ਚੜ੍ਹਾਉਣੀ ਪੈਂਦੀ ਹੈ ਮੈਂ ਵੀ ਨੌਜਵਾਨਾਂ ਕਰ ਢੋਡੇ ਮਾਜਰੇ ਵਾਲਾ ਗੱਲ ਫਿਰ ਇਕਬਾਲ ਦੀ ਰੇਡ ਪੈ ਰਹੀ ਹੈ ਕੌਣ ਅੱਜ ਮੇਰੇ ਵੀਰੇ ਕੱਢੂ ਕਰੰਟ
कौन बेस्ट बनेगा। इकबाल तो सुपेंद्र, सुपेंद्र तो इकबाल, आओ भले गबरुआ, आओ भले बबर शेरा, बलिहारे जाइए चुभर। रणजीत सिंह जी ढंडा ने ऐलान कर दिता, भी कुलवंत संघा जी ने ऐलान कर दिता, हरजिंदर पुंडे ने ऐलान कर दिता, भी जे जिन्ने भी जफे लगन गए ते हर एक जफे का पंज 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 सौ भी बरनाले वाले नूं दिता जाएगा। बरनाले वाले नूं दलबीर की तीजी रेड़ पै रही है, एक हजार की दलबीर की तीजी रेड़ पै गई है, ते एक हजार दलबीर के हिस्से है कि साढ़े बारे दिल में कोई रखी ना भुलेखा, रोल देते असी खरे तो खरे। काले की तीजी रेड़ पै रही है, हैरी बाई बैठा साडा ते सिमर जोत बैठा, भी काले की दूजी रेड़ पै रही है, ना दूजी रेड़ है, एक हजार लग्या होया है। आवो ढोडे मजने वाले कर चर्चा लो, काले की रेड़ ते मनाने वाला वाह गबरूआ, यह है सुपेंद्र मनाने वाला, बड़े बड़े धावियां दे रिंग पाउण वाला। गलियाले जाफी जिन्ना जफे आउणगे, दविंदर भाई दविंदर सिंह छोटा दयालपुर वाला, हर एक जफे का पांच सौ दिता जाएगा साडे वीर वालों। आओ दलवीर की रेड़, हथरा घोड़ा खेड कबड्डी का वेखो, अज धुसदा ही आ रहा है, अज धुसदा ही आ रहा है। थिंद परिवार का दलवीर पौर का वाधा से जोड़ चुका है। इकबाल की रेड़ ਲੈ ਵੀ ਗੁਰਵਿੰਦਰ ਕਰ ਗੱਲ ਮੁੰਡੇ ਦੀ, ਇਕਬਾਲ ਦੀ ਰੇਡ ਪੈ ਰਹੀ ਹੈ, ਚਾਰ ਸਟੋਪਰਾਂ ਵਿੱਚੋਂ ਮਨਾਣੇ ਦੇ ਢੋਡੇ ਨੇ ਥਾਪੀ ਮਾਰ ਦਿੱਤੀ ਹੈ, ਪੱਟਾ ਤੇ ਪੋਲੀ ਜੀ ਢੇਲੂ ਨੇ ਵੀ ਥਾਪੀ ਮਾਰ ਦਿੱਤੀ ਹੈ, ਪਰ ਵੇਖਾਂ ਵੀ ਉਹ ਬੱਲੇ ਬੱਲੇ ਬੱਲੇ, ਉਹ ਵੇਖੋ ਨਜ਼ਾਰਾ ਕਬੱਡੀ ਦਾ, ਦਿਆਲਪੁਰ ਪਿੰਡ ਦਾ ਕੱਪ ਹੈ ਭਰ ਜੇ ਬਣੇ ਤੇ ਆ ਸੰਗਤ, ਨਜ਼ਾਰਾ ਮਾਣਦੀ ਹੈ ਚੱਲਦੇ ਕੱਪ ਦਾ, ਕਿ ਕੱਪ ਉਹੀ ਜਿੱਤਣਗੇ ਜਿਨ੍ਹਾਂ ਨੇ ਦੁੱਧ ਮਾਵਾਂ ਦਾ ਪੀਤਾ, ਕਿ ਲੋਕੋ ਫੜਦੇ ਸੌਖੇ ਨੀ ਦੁੱਲਾ ਲੱਖਾਂ ਤੇ ਕੁਲਜੀਤਾ, ਕਿ ਲੋਕੋ ਫੜਦੇ ਸੌਖੇ ਨੀ ਦੁੱਲਾ ਲੱਖਾਂ ਤੇ ਕੁਲਜੀਤਾ। ਦਲਵੀਰ ਦੀ ਰੇਡ ਪਈ ਹੋਈ ਆ, ਚਾਰਾਂ ਵਿੱਚੋਂ ਦੇਖਾਂ ਵੀ ਕੌਣ ਆਉ ਸਾਹਮਣੇ ਵੱਧ ਕੇ ਟਰਾਈ, ਤੇ ਬਲਜੀਤ ਜੀ ਇਸ਼ਾਰਾ ਕਰਦੇ ਹੈ ਵੀ ਪੁਆਇੰਟ ਦਲਵੀਰ ਦੇ ਹਿੱਸੇ ਹੈ। ਇਹ ਟਰੈਕਟਰਾਂ ਦਾ ਵੀ ਜੇਤੂ ਹੈ, ਇਹ ਮੋਟਰਸਾਈਕਲਾਂ ਦਾ ਵੀ ਜੇਤੂ ਹੈ, ਲੈ ਵੀ ਕੈਨੇਡਾ ਵਿੱਚ ਵੀ ਚਰਚੇ ਹੈ, ਲੈ ਵੀ ਕਾਰਗਲ ਗੁਰਮੁਖਾ ਰੇਡ ਪਵੇਗੀ ਚੱਡੀ ਚੋਟੀ ਦਾ। ਬਾਈ ਦਵਿੰਦਰ ਸਿੰਘ ਜੀ ਛੋਟਾ ਦਿਆਲਪੁਰ ਵਾਲੇ, ਉਹਨਾਂ ਨੇ ਐਲਾਨ ਕੀਤਾ ਹੋਇਆ ਵੀ ਗੈਰ ਬਰਨਾਲੇ ਵਾਲੇ ਜਿੰਨੇ ਜਫੇ ਲਾਉਣਗੇ ਹਰ ਇੱਕ ਜਫੇ ਦਾ ਪੰਜ ਪੰਜ ਸੌ ਦਿੱਤਾ ਜਾਵੇਗਾ। ਜੱਗੀ ਦੁਲਤ ਸਾਡਾ ਵੀਰ ਆ, ਜੱਗੀ ਦੁਲਤ ਰਾਇਲ ਡੀਜੇ ਗਰੁੱਪ ਵਾਲਾ ਸਾਡਾ ਭਰਾ, ਬੱਲੋ ਮਾਜਰੇ ਵਾਲਾ ਜੁੜਿਆ ਹੋਇਆ ਲਾਈਵ ਇਸੇ ਮੈਚ ਦੇ ਨਾਲ। ਬਰਿੰਦਰ ਬੈਠਾ ਸਾਡਾ ਵੀਰ, ਆਨੰਦ ਮਾਣ ਰਿਹਾ। ਇਕਬਾਲ ਦੀ ਰੇਡ, ਆ ਭੋਗਾ ਆ ਭੋਗਾ, ਆ ਬੱਲੇ ਆ ਬੱਲੇ ਆ ਬੱਲੇ 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 ਬੱਲੇ। ਹਾਂ ਨੌਜਵਾਨ ਕਹਿੰਦੇ ਭੋਗਾ ਮਨਾਣੇ ਪਿੜਦਾ, ਕਿ ਕੋਟੀਆਂ ਦੇ ਜਾਤੀਆਂ ਚ ਨਾ ਮਸ਼ਹੂਰ, ਕਿ ਮਨਾਣੇ ਦਾ ਭੋਗਾ ਕਦੇ ਕਰੇ ਨਾ ਗਰੂਰ, ਬਚਦੇ ਨੇ ਲੋਕ ਤੇ ਮਚਾਉਂਦਾ ਸੋ ਜਾਣ ਕੇ, ਵੱਡੇ ਵੱਡੇ ਧਾਵੀ ਫੜ ਜਾਂਦਾ ਇੱਕ ਤਾਣ ਕੇ, ਕਿ ਘਨੌਰ ਵਾਲਾ ਆਖੇ ਕਦੇ ਬਾਂਹ ਫੜ ਕੇ ਨਹੀਂ ਛੱਡੀ, ਕਿ ਢੋਡੇ ਮਾਰੀ ਦੁਨੀਆ ਤੇ ਮੱਲ ਬੜੀ ਵੱਡੀ, ਪਰ ਆ ਖਿਡਾਰੀ ਕੌਣ ਹੈ ਸ਼ਾਰਪ ਮਾਈਂਡ ਦਾ, ਆ ਖਿਡਾਰੀ ਵਿੱਚ ਫੁਰਤੀ ਬੜੀ ਹੈ, ਆ ਖਿਡਾਰੀ ਦੇ ਦਾਂਤ ਵਿੱਚ ਵੱਖਰੇ ਹੈ, ਆ ਖਿਡਾਰੀ ਦੇ ਭੱਜਣ ਦਾ ਅੰਦਾਜ਼ ਵੱਖਰਾ ਹੈ। ਪੁਆਇੰਟ ਕੁਲਵੰਤ ਦੇ ਹਿੱਸੇ ਜੁੜਦਾ ਆਇਆ, ਨਾ ਸਿਰੇ ਦਾ ਮੈਚ ਹੈ, ਸਿਰੇ ਦੀ ਟੱਕਰ ਹੈ, ਲੈ ਵੀ ਆਵੋ ਢੋਡੇ ਮਾਜਰੇ ਵਾਲਿਆ ਕਰ ਚਰਚਾ ਨੂੰ ਜਾਂਦਾ ਫਿਰ। ਸਾਹਮਣੇ ਕਬੱਡੀ ਪੈ ਰਹੀ ਹੈ ਕਹਿੰਦੇ ਨੌਜਵਾਨ ਦੀ, ਪਰ ਸਾਹਮਣੇ ਚਾਰ ਜਾਫੀ ਹੈ, ਲਾਓ ਸੁਪਿੰਦਰ ਨੇ ਕਹਿੰਦੇ ਕੀਤੀ ਹੋਈ ਟਰਾਈ ਦੇ ਵਿੱਚ ਬੱਲੇ 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 ਲਲਕਾਰਾ ਵੱਡਾ ਫੇਰਾ ਮਾਰ ਦੇ ਦਿਆਲਪੁਰ ਵਾਲੇ, ਬਾਕੀ ਸੁੱਖਾਂ ਮਾਰ ਆਈ ਹੈ, ਠੰਡੀਆਂ ਹਵਾਵਾਂ ਵੀ ਚੱਲਦੀਆਂ ਹੈ, ਝੰਡੇ ਵੀ ਲਹਿਰਾ ਰਹੇ ਹੈ, ਇਹ ਨੀਤਾਂ ਨੂੰ ਲੈ ਵੀ ਧਮਾਨ ਸਭ ਕੁਝ ਮਿਲ ਗਿਆ ਨੌਜਵਾਨਾਂ ਹੈ, ਇਹ ਨੀਤਾਂ ਨੂੰ ਸਭ ਕੁਝ ਮਿਲ ਗਿਆ। ਦਲਵੀਰ ਦੀ ਰੇਡ ਪਈ ਹੋਈ ਹੈ, ਮੁੰਡੇ ਨੇ ਬਾਹਾਂ ਖਿਲਾਰ ਦਿੱਤੀਆਂ, ਪਰ ਦਲਵੀਰ ਕਹਿੰਦਾ ਵੀ ਪਿੱਛੇ ਹੱਟ ਬਰਨਾਲੇ ਵਾਲਿਆ, ਵੀ ਜੈਂਟ ਅੱਜ ਮੂਡ ਦੇ ਵਿੱਚ ਆਇਆ ਹੋਇਆ ਹੈ, ਵੀ ਪਿੱਛੇ ਹੱਟ ਹੋਏ ਨੌਜਵਾਨਾਂ ਹੈ। ਦਲਵੀਰ ਦੀਆਂ ਰੇਡਾਂ ਪੈ ਰਹੀਆਂ, ਹੈਰੀ ਬਾਈ ਕੁਝ ਕਹਿਣਾ ਚਾਹੁੰਦਾ ਹੈ, ਲੈ ਵੀ ਢੋਡੇ ਮਾਜਰੇ ਵਾਲਿਆ ਕਰ ਰੇਡ ਦੇ ਉੱਤੇ ਚਰਚਾ। ਇਕਬਾਲ, ਇਕਬਾਲ ਨਾਮ ਹੈ ਸਗਬਰੂ ਦਾ, ਜਿਹਨੇ ਹੁਣ ਵੱਧ ਕੇ ਕਬੱਡੀ ਪਾ ਦਿੱਤੀ ਹੈ। ਪਹਿਲੂ ਢੋਡਾ ਝੰਡਾ ਸੁਪਿੰਦਰ, ਚਾਰ ਸਿਰੇ ਦੇ ਜਾਫੀ, ਆ ਪਹਿਲੂ 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 ਬੱਲੇ 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 ਬੱਲੇ
ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ। ਬਾਈ ਸਿਮਰ ਕਹਿੰਦਾ ਵੀ ਸਪਿੰਦਰ ਜਿੰਨੇ ਜੱਫੇ ਲਾਵੇਗਾ। ਹੈਰੀ ਬਾਈ ਕਹਿੰਦਾ ਵੀ ਪੰਜ ਪੰਜ ਸੌ ਦਿੱਤੇ ਜਾਣਗੇ, ਪੰਜ ਪੰਜ ਸੌ ਦਿੱਤੇ ਜਾਣਗੇ। ਸੁਣਾਉਣ ਵਾਲੇ ਅਵਤਾਰ ਸਰਪੰਚ ਮਨਾਣੇ ਵਾਲੇ ਵੱਲੋਂ ਵੀ ਸਾਹਸਾਂ ਦੇ ਮਾਣ, ਮਲਾਣੇ ਦੀ ਟੀਮ ਜਿੰਨੇ ਜੱਫੇ ਲਾਵੇਗੀ। ਦੀਪ ਦਿਆਲਪੁਰਾ, ਸੁਖਾ ਦਿਆਲਪੁਰਾ, ਮਨਜੀਤ ਸਾਡਾ ਵੀਰ ਨਾਭੇ ਵਾਲਾ, ਕਿ ਨਾਭੇ ਦੀ ਇਹ ਨਾਭੀ ਇਹਦੀ ਬੰਦ ਬੋਤਲੇ ਤੈਨੂੰ ਪੀਣਗੇ ਨਸੀਬਾਂ ਵਾਲੇ। ਪਈ ਹੋਰ ਰੇੜ ਪਰ ਜੱਗੀ ਨਹੀਂ ਮੰਨਦਾ। ਜੱਗੀ ਕਹਿੰਦਾ ਪੁਆਇੰਟ ਜਿਹੜਾ ਤੁਹਾਡੇ ਦੇ ਹਿੱਸੇ ਵਿੱਚ ਹੈ। ਮੈਚ ਸਮਾਪਤ ਆ ਇਸੇ ਕਬੱਡੀ ਦੇ ਨਾਲ। ਬਨਾਣੇ ਦੇ ਪੁਆਇੰਟ ਆ ਜਿਹੜੇ ਸਾਢੇ ਪੰਦਰਾਂ, ਆਰ ਪੰਜ ਪੁਆਇੰਟ ਆ ਜੀ ਜਿਹੜੇ ਗਿੱਲ ਬਰਨਾਲੇ ਦੀ ਟੀਮ ਦੇ। ਬੈਸਟ ਰੇਡਰ ਆਈ ਦੇ ਕਬੱਡੀ ਕੱਪ ਲਾ ਲੈ ਵੀ ਗੁਰਮੁਖ ਰਿਜ਼ਲਟ ਬੋਲਦੀ ਕਿਰਾਂ। ਦਲਵੀਰ ਬਨਾਣੇ ਵਾਲੇ ਨੇ ਲੈ ਵੀ ਪੰਮਿਆਂ ਕਿੰਨੀਆਂ ਰੇਡਾਂ ਪਾਈਆਂ, ਛੇ ਕਬੱਡੀਆਂ ਪਾਈਆਂ ਤੇ ਛੇ ਅੰਕ ਹੀ ਪ੍ਰਾਪਤ ਕੀਤੇ ਆ। ਤੇ ਟੀਮ ਦੀ ਸਹਿਮਤੀ ਦੇ ਨਾਲ ਕੁਲਵੰਤ ਕਕਰਾਲੀ ਵਾਲਾ ਤੇ ਦਲਵੀਰ ਮਨਾਣੇ ਵਾਲਾ ਅੱਜ ਦੇ ਕਬੱਡੀ ਕੱਪ ਦੇ ਜਿਹੜੇ ਬੈਸਟ ਰੇਡਰ ਚੁਣੇ ਗਏ ਹੈ। ਤੁਹਾਡਾ ਮਨਾਣੇ ਵਾਲਾ ਤੇ ਸੁਪਿੰਦਰ ਮਨਾਣੇ ਵਾਲਾ ਅੱਜ ਦੇ ਕਬੱਡੀ ਕੱਪ ਦੇ ਜਿਹੜੇ ਬੈਸਟ ਜਾਫੀ ਚੁਣੇ ਗਏ ਹੈ। ਪੰਦਰਾਂ ਪੰਦਰਾਂ ਹਜ਼ਾਰ ਰੁਪਇਆ ਜਿਹੜਾ ਬੈਸਟ ਰੇਡਰ ਤੇ ਜਾਫੀ ਲਈ ਹੈ। ਆਹ ਹੂਟਰ ਬੰਦ ਕਰ ਦਿਓ ਜੀ। ਸਭ ਸੰਗਤ ਦਾ ਧੰਨਵਾਦ ਹੈ। ਟੀਮਾਂ ਪ੍ਰਾਈਜ਼ ਹਾਸਲ ਕਰਨਗੀਆਂ ਜੀ ਆਪਣਾ ਮਾਈਕ ਤੇ। ਕਿਸੇ ਦੀ ਇਹਦੇ ਖਿਲਾਫ ਕੋਈ ਵਾਧੂ ਬੋਲ ਬੋਲਿਆ ਗਿਆ ਹੋਵੇ ਤੇ ਆਪਣੇ ਛੋਟੇ ਵੀਰ ਸਮਝ ਕੇ ਮਾਫ ਕਰਨਾ। ਸਾਰੇ ਰੈਫਰੀਆਂ ਦਾ, ਸਾਰੇ ਬੁਲਾਰਿਆਂ ਦਾ, ਨਾਲ ਹੀ ਪੁੰਨੂ ਸਾਹਿਬ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਪੁੰਨੂ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਹੈ। ਪ੍ਰਾਈਜ਼ ਜਿਹੜਾ ਦਿੱਤਾ ਜਾਵੇਗਾ ਟੀਮਾਂ ਪ੍ਰਾਈਜ਼ ਹਾਸਲ ਕਰ ਲੈਣ। ਹੁਣ ਮਾਈਕ ਪੁੰਨੂ ਸਾਹਿਬ ਜੀ ਦੇ ਹਵਾਲੇ ਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।